ਲੁਆਣਾ ਜਾਂ ਜਿਹੜੇ ਵੀ ਇੱਧਰ ਲੰਬੀ ਏਰੀਏ ਵਿੱਚ ਆਪਣੇ ਕਿਸਾਨ ਭਰਾ ਇਸ ਨਾਰਾ ਨਾਲ ਜਿਨ੍ਹਾਂ ਦੀ ਜ਼ਮੀਨ ਦੀ ਸੰਚਾਈ ਹੁੰਦੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਗਰਮੀ ਦੇ ਦਿਨ ਜਾਂ ਝੋਨਾ ਜਾਂ ਅਗਲੀ ਬਿਜਾਈ ਜਾਂ ਇੱਕ ਪਾਸੇ ਨਰਮਾ ਇੱਕ ਪਾਸੇ ਆਪਣੀ ਬਾਗਾਂ ਦੇ ਨੁਕਸਾਨ ਹੋ ਰਿਹਾ ਜੇ ਉਹਨਾਂ ਨੂੰ ਬਚਾਉਣਾ ਹੈ ਤਾਂ ਅਤੇ ਘਰ ਦੇ ਵਿੱਚੋਂ ਤੁਹਾਨੂੰ ਬਾਹਰ ਨਿਕਲਣਾ ਪੈਣਾ ਆਪਣੀ ਲੜਾਈ ਆਪ ਲੜਨੀ ਪੈਣੀ ਅੱਜ ਲੰਬੀ ਉੱਤੇ ਕਿਰਪਾਨ ਰੱਖੀ ਗਈ ਹੈ ਕੱਲ੍ਹ ਨੂੰ ਰਾਮਸਰਾ ਦੇ ਖਿੱਚਣੀ ਅਤੇ ਉਦੋਂ ਗਾਂ ਆਪਣੀਆਂ ਦੂਜੀਆਂ ਨਾਰਾਂ ਦੇ ਖਿੱਚਣੀ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਇਹ ਸਾਂਝੀ ਲੜਾਈ ਆ ਇਹ ਸਾਂਝੀ ਲੜਾਈ ਲੜਨ ਵਾਸਤੇ ਸਾਰੇ ਜਾਣੇ ਆਪੋ ਆਪਦੇ ਘਰਾਂ ਵਿੱਚੋਂ ਨਿਕਲ ਕੇ ਜਿੱਥੇ ਜਿੱਥੇ ਪੁਆਇੰਟ ਨੋਟ ਕੀਤੇ ਗਏ ਆ ਉਸ ਏਰੀਏ ਦਾ ਫਰਜ਼ ਬਣਦਾ ਉੱਥੋਂ ਦੇ ਕਿਸਾਨਾਂ ਦਾ ਫਰਜ਼ ਬਣਦਾ ਉੱਥੇ ਦੁੱਧ ਪਾਣੀ ਚਾਹ ਲੰਗਰ ਇਕੱਠਾ ਕਰਨ ਅਤੇ ਉੱਥੇ ਜਿਹੜੇ ਵੀ ਉਸ ਧਰਨੇ ਦੀ ਗਵਾਹੀ ਕਰਦੇ ਆ ਉਹਨਾਂ ਦਾ ਸਾਥ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਨ ਸਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ ਹੁਣ ਅਸੀਂ ਬਰਦਾਸ਼ਤ ਨਹੀਂ ਕਰਕੇ ਕਰ ਸਕਦੇ ਇਸ ਨੂੰ ਇਸ ਲਈ ਅਸੀਂ 11 ਵਜੇ ਤੋਂ ਲੈ ਕੇ 5 ਵਜੇ ਤੱਕ ਇਹਨਾਂ ਦਾ ਇੱਥੇ ਇੰਤਜ਼ਾਰ ਕੀਤਾ ਵੀ ਤੁਸੀਂ ਆ ਕੇ ਸਾਡੀ ਗੱਲ ਸੁਣੋ ਅਸੀਂ ਮਾਨਯੋਗ DC ਸਾਹਿਬ ਮਾਨਯੋਗ SDM ਸਾਹਿਬ ਮਾਨਯੋਗ ਤਹਿਸੀਲਦਾਰ ਸਾਹਿਬ ਮਾਨਯੋਗ SC ਕਨਾਲ ਕਲੋਨੀ ਐਕਸ ਸਾਹਿਬ ਨੂੰ ਸਾਰਿਆਂ ਨੂੰ ਮੈਸੇਜ ਦਿੱਤੇ ਮਨਿਸਟਰ ਸਾਹਿਬ ਨੂੰ ਵੀ ਮੈਸੇਜ ਦਿੱਤੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਮਜਬੂਰ ਹੋ ਕੇ ਸਾਨੂੰ ਕੱਲ੍ਹ ਮਿਤੀ 13/14/6/2022 ਵਾਰ ਮੰਗਲਵਾਰ ਨੂੰ ਅਸੀਂ 4 ਰੋਡ ਜੋ ਰਾਜਸਥਾਨ ਨੂੰ ਟੱਚ ਕਰਦੇ ਨੇ ਉਹ ਬੰਦ ਕਰਨੇ ਨੇ ਗੰਗਾਨਗਰ ਰੋਡ ਅਬੋਹਰ ਹਨੂਮਾਨਗੜ੍ਹ ਰੋਡ ਮਲੋਟ ਗੰਗਾਨਗਰ ਰੋਡ ਸੰਗਰੀਆ ਅਬੋਹਰ ਰੋਡ ਅਸੀਂ ਇਹਨਾਂ ਨੂੰ ਸਵੇਰੇ 9 ਵਜੇ ਤੋਂ ਬੰਦ ਕਰਾਂਗੇ ਜੇ ਕਿਸੇ ਨੂੰ ਪਰੇਸ਼ਾਨੀ ਹੁੰਦੀ ਹੈ ਉਸ ਲਈ ਅਸੀਂ ਮਾਫੀ ਮੰਗਦੇ ਹਾਂ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹਾਂ ਵੀ ਜਦੋਂ ਤੱਕ 12 ਬੰਦੀ ਖਤਮ ਕਰਕੇ ਸਾਨੂੰ ਕੰਟੀਨਿਊਸ ਪਾਣੀ ਨਹੀਂ ਦਿਓਗੇ ਅਸੀਂ ਨਹਿਰ ਇਹ ਜਿਹੜੀਆਂ ਰੋਡਾਂ ਅਸੀਂ ਬਿਲਕੁਲ ਨਹੀਂ ਚੱਲਣ ਦਿਆਂਗੇ ਜੇ ਸਾਨੂੰ ਕੋਈ ਵੀ ਵੱਡੀ ਕੁਰਬਾਨੀ ਦੇਣੀ ਪਈ ਅਸੀਂ ਪਿੱਛੇ ਨਹੀਂ ਹਟਾਂਗੇ ਧੰਨਵਾਦ ਜੀ ਹੁਣ ਅੱਗੇ ਭਾਈ ਸਾਹਿਬ ਦੱਸੋ ਕਿਸਾਨ ਏਕਤਾ ਜਿੰਦਾਬਾਦ।